जो इट डला पत्थर तेल भी ड्रम च वेल आली पे है इना ठेकेदार ने डका लीला अपने से डाक मारे तो पत्थर के थले पन्ना निकल आ राजस्थान फीडर इहदा पुल जिहड़ा उह डिग्गिया झबेल वाली चक गाना सिंह वाला लिंक रोड जिते जांदी आ ते इह पुल डिग्गण दा कारण इह बणिया कि इह 60 साल पुराना जिहड़ा पुल आ क्योंकि आ जिहड़ा पुल है ये उत्तों भी वड्डे वड्डे टिप्पर जिन्हां दे विच 45-45 टन वजन हुंदा सी लगातार एक साल तो इत्थों दी लंघ रहे मलबा पाया 6 इंच सारा ये चलू कि लोगों दी प्रीरियां नहीं भरदियां हैं लैट ओह नहीं आउंदी बुरे हाल इन्हां भी जिवें तुहानूं पता ही आ कि आह 2 महीने होए आ नहर बणी नूं सरहंद सी ਤੇ 2 ਵਾਰ ਨਹਿਰ ਜਿਹੜੀ ਹੈਗੀ ਉਹ ਟੁੱਟ ਚੁੱਕੀ ਹੈ ਇਹਨਾਂ ਨੇ ਜੋ ਇੱਟ ਡਲਾ ਨਹੀਂ ਪਿਲਾਇਆ ਕੋਈ ਪੱਥਰ ਤੇਲ 20-20 ਡਰਮ ਝਵੇਲ ਵਾਲੀ ਜਿਹੜੇ ਪਏ ਐ ਇਹਨਾਂ ਠੇਕੇਦਾਰਾਂ ਨੇ ਡੱਕਾ ਲਿਆ ਆਪਣੇ ਤੇ ਡਾਂਗ ਮਾਰਿਆ ਤੇ ਪੱਥਰ ਦੇ ਥੱਲੇ ਪੰਨਾ ਨਿਕਲ ਆਉਂਦਾ 6 ਇੰਚੀ ਮਲਬਾ ਪਾਇਆ 6 ਇੰਚੀ ਸਾਰਾ ਇਹ ਚੱਲੂ ਕਿਵੇਂ ਲੋਕਾਂ ਦੀਆਂ ਪ੍ਰੀਰੀਆਂ ਨਹੀਂ ਭਰਦੀਆਂ ਹੈ ਲੈਟ ਉਹ ਨਹੀਂ ਆਉਂਦੀ ਬੁਰੇ ਹਾਲ ਹੈ ਠੇਕੇਦਾਰ ਕਿਹੜੇ ਆ ਇੱਥੋਂ ਤੁਰੇ ਜਾਂਦੇ ਸੀ ਤੇਲ ਕੱਢ ਕੇ ਝਵੇਲ ਵਾਲੀ ਚ ਮੁੜੇ ਆਉਂਦੇ ਸੀਗੇ ਆਹ ਹਾਲਾ ਕਿਵੇਂ ਦੇ ਰਹੇ ਆ ਸਾਈਡਾਂ ਪੱਟ ਗਈਆਂ ਰਾਜਸਥਾਨਾਂ ਨੂੰ ਨਹੀਂ ਨਹਿਰ ਨੂੰ ਬਣਾਇਆ ਉਹ ਦਾ ਗੱਲ ਹੈ ਨਹਿਰ ਨੂੰ ਬਣਾਇਆ ਇੱਟਾਂ ਪੱਟ ਕੇ ਦਫਾ ਕਰਤੀਆਂ ਇਹਨਾਂ ਨੇ ਹੁਣ ਤੋਂ ਬਣਾਈ ਹੈ ਇਹ ਕਾਮਯਾਬ ਤਾਂ ਰਹੂਗੀ ਆਜ਼ਾਦ ਉਹ ਸਾਰੀ ਪੋਲੀ ਕਰਤੀ ਅੱਜ ਜਿਹੜਾ ਰਾਜਸਥਾਨ ਫੀਡਰ ਆ ਇਹਦਾ ਪੁਲ ਜਿਹੜਾ ਉਹ ਡਿੱਗਿਆ ਝਬੇਲ ਵਾਲੀ ਚੱਕ ਗਾਨਾ ਸਿੰਘ ਵਾਲਾ ਲਿੰਕ ਰੋਡ ਜਿੱਤੇ ਜਾਂਦੀ ਆ ਤੇ ਇਹ ਪੁਲ ਡਿੱਗਣ ਦਾ ਕਾਰਨ ਇਹ ਬਣਿਆ ਕਿ ਇਹ 60 ਸਾਲ ਪੁਰਾਣਾ ਜਿਹੜਾ ਪੁਲ ਆ ਜਦੋਂ ਦੀਆਂ ਨਹਿਰਾਂ ਬਣੀਆਂ ਉਦੋਂ ਦਾ ਹੀ ਪੁਲ ਬਣਿਆ ਹੋਇਆ ਔਰ ਇਹਦੇ ਉੱਤੋਂ ਦੀ ਜਿਹੜਾ ਕੋਈ ਟਰਾਲੀਆਂ ਟਰੈਕਟਰ ਜਾਂ ਕੋਈ ਪਿੰਡਾਂ ਦੇ ਲਿੰਕ ਰੋਡ ਤੇ ਜਾਣ ਵਾਲੇ ਵਹੀਕਲ ਛੋਟੇ ਲੰਘਦੇ ਸੀ ਜਾਂ ਗੱਡੀਆਂ ਲੰਘਦੀਆਂ ਸੀਗੀਆਂ ਪਰ ਜਦੋਂ ਤੋਂ ਸਰਹੰਦ ਫੀਡਰ ਤੇ ਰਾਜਸਥਾਨ ਫੀਡਰ ਬਣਨੀ ਸ਼ੁਰੂ ਹੋਈ ਆ ਤਾਂ ਇੱਥੇ ਜਿਹੜੇ ਪਲਾਟ ਲਾਏ ਗਏ ਆ ਉਹਨਾਂ ਪਲਾਟਾਂ ਦੇ ਵਿੱਚ ਜਿਹੜਾ ਮਤਲਬ ਟਨਾਂ ਦੇ ਟਨ ਦੇ ਹਿਸਾਬ ਨਾਲ ਜਿਹੜਾ ਰੇਤਾ ਬਜਰੀ ਭਰ ਕੇ ਵੱਡੇ ਵੱਡੇ ਜਿਹੜੇ ਘੋੜੇ ਟਿੱਪਰ ਲੋਡਰ ਉਹ ਇੱਥੋਂ ਦੀ ਲੰਘਣੇ ਸ਼ੁਰੂ ਹੋਏ ਉਹਦਾ ਕਾਰਨ ਇਹ ਬਣਿਆ ਕਿ ਪੁਲ ਦੀ ਇੱਕ ਜਿਹੜੀ ਬੁਰਜੀ ਆ ਉਹ ਬੈਠੀ ਆ ਦੂਜਾ ਕਾਰਨ ਇਹਦਾ ਇਹ ਬਣਿਆ ਕਿ ਜਿਹੜੇ ਠੇਕੇਦਾਰ ਸੀਗੇ ਉਹਨਾਂ ਨੇ ਵੱਡੇ ਵੱਡੇ ਬੰਨ ਲਾਏ ਔਰ ਬੰਨ ਉਹ ਪੂਰੀ ਤਰ੍ਹਾਂ ਕੱਢੇ ਨਹੀਂ ਹੈ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਪਰਲੇ ਪਾਸੇ ਉਹ ਮਿੱਟੀ ਥੋੜੀ ਕੱਢੀ ਹੋਈ ਆ ਬੰਨ ਲਾਇਆ ਪਰ ਬੰਨ ਕੱਢਿਆ ਨਹੀਂ ਹੈ ਪੂਰੀ ਤਰ੍ਹਾਂ ਜਦੋਂ ਪਾਣੀ ਇੱਥੇ ਪੂਰਾ ਭਰਿਆ ਇੱਕਦਮ ਉਹਨੇ ਪਾਣੀ ਨੇ ਪੁਲ ਨੂੰ ਧੱਕਾ ਮਾਰਿਆ ਉਹਦੇ ਕਾਰਨ ਜਿਹੜੀ ਬੁਰਜੀ ਇਹ ਬੈਠੀ ਆ ਅਤੇ ਲੋਕਾਂ ਦੀ ਜਾਨ ਦਾ ਖੌ ਜਿਹੜਾ ਉਹ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਕਈ ਪਿੰਡਾਂ ਨੂੰ ਬਰੀ ਵਾਲਾ ਸਰਾਇਣਾਗਾ ਤੋਂ ਲੈ ਕੇ ਮੁਕਸਰ ਦੇ ਨਾਲ ਲਿੰਕ ਰੋਡ ਇਹ ਜੋੜਦਾ ਝਵੇਲ ਵਾਲੀ ਬਾਈ ਦੀ ਜਿਹੜਾ ਰੋਡ 'ਤੇ ਚੜ੍ਹ ਜਾਂਦਾ ਇਹ ਕਈ ਪਿੰਡਾਂ ਦੀ ਆਵਾਜਾਈ ਰੁਕੀ ਆ ਔਰ ਦੂਜਾ ਜਿਹੜੇ ਝਵੇਲ ਵਾਲੀ ਦੇ ਕਿਸਾਨਾਂ ਦੇ ਬਹੁਤ ਸਾਰੀਆਂ ਜ਼ਮੀਨਾਂ ਜਿਹੜੀਆਂ ਉਹ ਚੱਕ ਗਾਨਾ ਸਿੰਘ ਵਾਲੇ ਪਾਸੇ ਆ ਉਹਨਾਂ ਦਾ ਲਿੰਕ ਬਿਲਕੁਲ ਟੁੱਟ ਚੁੱਕਿਆ ਜਾਂ ਤਾਂ ਉਹ ਵੈਡਿੰਗ ਵਿੱਚ ਦੀ ਇੱਥੋਂ 20 ਕਿਲੋਮੀਟਰ ਪਾਸੇ ਦੀ ਜਾਂ ਚੱਕ ਗਾਨਾ ਸਿੰਘ ਵਾਲੇ ਪਾਸੇ ਦੀ ਉਹ ਆਪਦੇ ਖੇਤਾਂ ਨੂੰ ਜਿਹੜਾ ਉਹ ਜਾਣਗੇ ਅਸੀਂ ਨੌਜਵਾਨ ਭਾਰਤ ਵੱਲੋਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਠੇਕੇਦਾਰ ਇੱਥੋਂ ਦੀ ਵੱਡੇ ਵੱਡੇ ਟਿੱਪਰ ਘੋੜੇ ਟਰਾਲੇ ਲੰਘਾਉਂਦੇ ਰਹੇ ਆ ਜਾਂਚ ਕਰਕੇ ਉਹਨਾਂ 'ਤੇ ਵੀ ਬਣਦੀ ਕਾਰਵਾਈ ਕਰੋ ਜਿਨ੍ਹਾਂ ਨੇ ਬੰਨ ਨਹੀਂ ਕੱਢਿਆ ਉਹਨਾਂ 'ਤੇ ਵੀ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਆ ਔਰ ਦੂਜਾ ਜਲਦ ਤੋਂ ਜਲਦ ਜਿੰਨੀ ਜਲਦੀ ਹੋ ਸਕਦਾ ਸਰਕਾਰ ਕੋਲ ਇਹ ਤਕਨੀਕ ਹੈਗੀ ਆ ਤਕਨੀਕ ਨਾਲ ਪਹਿਲਾਂ ਵੀ ਵਗਦੇ ਪਾਣੀ 'ਚ ਵੀ ਪੁਲ ਆ ਜਿਹੜੇ ਬਣ ਸਕਦੇ ਆ ਅਸੀਂ ਇਹ ਮੰਗ ਕਰਦੇ ਹਾਂ ਕਿ ਪੁਲ ਆ ਜਿਹੜਾ ਜਲਦੀ ਉਹ ਬਣਾਇਆ ਜਾਵੇ ਤਾਂ ਜੋ ਲੋਕ ਆਪਦੀਆਂ ਫਸਲਾਂ ਪਾਲ ਸਕਣ ਉਹਨਾਂ ਨੂੰ ਆਵਾਜਾਈ ਦੀ ਸੌਖ ਆ ਜਿਹੜੀ ਉਹ ਹੋ ਸਕੇ ਕਿ ਸਰਕਾਰਾਂ ਕੋਈ ਲੋਕਾਂ ਦਾ ਫਿਕਰ ਨਹੀਂ ਹੈ ਰਾਤ ਹੁਣ 12:30 ਵਜੇ ਸਾਡੇ ਨਗਰ ਦਾ ਇੱਕ ਵਿਅਕਤੀ ਇੱਧਰ ਜਾ ਰਿਹਾ ਸੀ ਆਪਦੇ ਪਿੰਡ ਨੂੰ ਖੇਤ ਨੂੰ ਜਾ ਰਿਹਾ ਸੀਗਾ ਤਾਂ ਕੀ ਹੋਇਆ ਅਚਾਨਕ ਜਦੋਂ ਆਹ ਉਹਨਾਂ ਨੇ ਦੇਖਿਆ ਮੋਟਰਸਾਈਕਲ ਜਿਹੜਾ ਹੈਗਾ ਇਹਦੇ ਵਿੱਚ ਵੱਜਿਆ ਉਹਨਾਂ ਬ੍ਰੇਕ ਲਾ ਲਈ ਅਤੇ ਜੇ ਪਲਾ ਇਹ ਨਾ ਵਿੱਚ ਇੱਥੇ ਮਤਲਬ ਹੁਣ ਪਤਾ ਲੱਗਦਾ ਤਾਂ ਉਹ ਵਿੱਚ ਡਿੱਗ ਸਕਦਾ ਸੀ ਸਾਨੂੰ ਅਜੇ ਵੀ ਉਹ ਲੱਗਦਾ ਕਿ ਉਹ ਪੁਲ ਡਿੱਗਿਆ ਹੋਇਆ ਉੱਥੇ ਵੀ ਰਾਤ ਨੂੰ ਕੋਈ ਵਿਅਕਤੀ ਡਿੱਗਿਆ ਹੋ ਸਕਦਾ ਹੈਗਾ ਇਸ ਕਰਕੇ ਇਹ ਜਿਹੜਾ ਭਿਆਨਕ ਹਾਦਸਾ ਵਾਪਰਿਆ ਹੈਗਾ ਇਹਦੀ ਪੂਰੀ ਜ਼ਿੰਮੇਵਾਰੀ ਇਹਨਾਂ ਸਰਕਾਰਾਂ ਦੀ ਹੈ ਹੁਣ ਤੁਸੀਂ ਦੇਖੋ ਕਿ ਇਸ ਪਿੰਡ ਦਾ ਰਕਬਾ ਜਿਹੜਾ 70-80 ਏਕੜ ਤੋਂ ਵੀ ਵੱਧ ਰਕਬਾ ਜਿਹੜਾ ਹੈ ਉਹ ਪੁਲ ਦੇ ਪਹਿਲੇ ਪਾਸੇ ਪੈਂਦਾ ਹੈਗਾ ਹੁਣ ਤੁਸੀਂ ਦੇਖੋ ਵੀ ਜਿਹੜੇ ਪਿੰਡ ਦੇ ਲੋਕ ਆ ਉਹ ਪਹਿਲੇ ਪਾਸੇ ਹੁਣ ਖੇਤਾਂ 'ਚ ਜਾ ਹੀ ਨਹੀਂ ਸਕਣਗੇ ਕਿੱਦਾਂ ਉਹ ਆਪਣੀਆਂ ਫਸਲਾਂ ਨੂੰ ਪਾਲਣਗੇ
और जिहड़े इत्थों दे लोग 5-7 पिंडां दे अंदर जांदे आ वो आवाजाही ठप्प होऊगी। इस करके ये जिहड़ी घटना वापरी हैगी है अजे असीं समझदे आ कि बहुत वड्डा नुकसान नहीं होया पर नुकसान हो सकता सी। इत्थे इत्थे ही बस नहीं है और जिहड़ा वड्डा पुल बनिया होया इहदे नाल ही जिहड़ा किलोमीटर दे उत्ते वह पुल दे उत्ते उत्थे टोल प्लाजा लग्गिया होया और कानून मुताबक बनता है कि उस पुल नूं वड्डा कीता जाए पर वह पुल भी उदा ही आ अजे तक वह पुल पहला ही चल रहा है जिदे विच ये है कि उहदे ते कोई बहुती भारी व्हीकल जिहड़े हैगे नहीं लंघाए जा सकते लेकिन लगातार उत्थे भी इहो जी कोई घटना जिहड़ी हैगी कदे भी वह वापर सकती हैगी है। इस करके साडी मंग है किरती किसान यूनियन वालों कि पहली गल तां इह आ कि जिहड़े संबंधित अधिकारी ने जिन्हां ने यह अजे तक अणगहली की आ कोई देखिया ही नहीं हैगा भी कदों भी कुछ वापर सकता है। जे पुल की म्याद पुग चुकी है तो फिर इहनूं पहलां क्यों नहीं इहदी उसारी की गई। ये सवाल ने लोगों के कि इहदी उसारी पहलां करनी चाहीदी सीगी क्योंकि यह वड्डे वड्डे हुण तुसीं देखो भी जो टिप्पर लंघदे साल भर हो गया लगातार इत्थों की जिहड़ा हैगा किन्ने लोडड़े टिप्पर लंघ रहे हैगे। ये तो आम लोगों नूं भी पता सी भी यह पुराना पुल है 60 साल का पुल है ये कदों भी डिग सकता हैगा पर इन्हां सरकारां दा ध्यान नहीं है इस पासे। तो असीं किरती किसान यूनियन वालों ये मंग करते हैं आ साडे पिंड दे नगर दे वासी ने दो पिंडां दे चक्का सिंह वाले तो भी साथी आए हुए हैं साडी मंग हैगी आ कि तुरंत पुल जिहड़ा हैगा कल्ला इह नहीं है यह पुल भी नालों संत फीडर वाला पुल भी और बाकी भी जिहड़े जिन्हां दी म्याद पुग चुकी है कदों भी कोई भी घटना वापर सकती है इन्हां दी तुरंत जिहड़ी हैगी आ सारी वो की जाए।